A very good morning to all of you. Today we are going to continue our lesson Rise of Popular Movements. Earlier we have done in this chapter Chipko Movement, Dalit Panther Movements and Bharatiya Kisan Union. Now today's topic is National Fish Workers FOMA. You know that Indian fishers constitute the second largest fishing population in the world. ਜਿਹੜੇ ਈਸਟਰਨ ਅਤੇ ਵੈਸਟਰਨ ਕੋਸਟਲ ਏਰੀਆਜ਼ ਨੇ ਸਾਡੀ ਕੰਟਰੀਜ਼ ਦੇ ਉੱਥੇ ਬਹੁਤ ਸਾਰੀ ਫੈਮਿਲੀਜ਼ ਅਜਿਹੀਆਂ ਨੇ ਜਿਹੜੇ ਕਿ ਸਦੀਆਂ ਤੋਂ ਹੀ ਫਿਸ਼ਰਮੈਨ ਕਮਿਊਨਿਟੀ ਨੂੰ ਬਿਲੋਂਗ ਕਰਦੀਆਂ ਨੇ ਐਂਡ ਦੇ ਆਰ ਬਿਜ਼ੀ ਇਨ ਦਾ ਆਕੂਪੇਸ਼ਨ ਆਫ ਫਿਸ਼ਿੰਗ ਇਹਨਾਂ ਫਿਸ਼ ਵਰਕਰਸ ਫੈਮਿਲੀਜ਼ ਨੂੰ ਉਦੋਂ ਥਰੈਟ ਦਾ ਸਾਹਮਣਾ ਕਰਨਾ ਪਿਆ ਜਦੋਂ ਗਵਰਨਮੈਂਟ ਨੇ ਮੈਕਨਾਈਜ਼ਡ ਟਰੋਲਰਸ ਅਤੇ ਟੈਕਨੋਲੋਜੀਜ਼ ਨੂੰ ਐਂਟਰੀ ਦੇ ਦਿੱਤੀ ਕਿ ਉਹ ਇੰਡੀਆ ਦੇ ਕੋਸਟਲ ਏਰੀਆਸ ਵਿੱਚ ਜਾ ਕੇ ਲਾਰਜ ਸਕੇਲ ਹਾਰਵੈਸਟ ਕਰ ਸਕਦੇ ਨੇ ਫਿਸ਼ ਵਿੱਚ ਇੰਡੀਅਨ ਸੀਜ਼ ਦੇ ਵਿੱਚ ਮੀਨਸ ਫਿਸ਼ਿੰਗ ਦੀ ਫਿਸ਼ਿਸ਼ ਪਕੜ ਸਕਦੇ ਨੇ ਅਤੇ ਜਾ ਕੇ ਉੱਥੇ ਆਪਣਾ ਬਿਜ਼ਨਸ ਚਲਾ ਸਕਦੇ ਨੇ ਉਹਨਾਂ ਨੂੰ ਦੇ ਕੈਨ ਕੈਪਚਰ ਦੇ ਕੈਨ ਕਲੈਕਟ ਦਾ ਹਾਰਵੈਸਟ ਆਫ ਦਾ ਫਿਸ਼ ਐਜ਼ ਥਰੂ ਆਊਟ 70s ਐਂਡ 80s ਦੇ ਵਿੱਚ ਲੋਕਲ ਫਿਸ਼ ਵਰਕਰਸ ਨੇ ਇਸਨੂੰ ਰਿਸੈਂਟਮੈਂਟ ਸ਼ੋਅ ਕੀਤਾ ਦੇ ਫੋਟ ਵਿਦ ਦਾ ਸਟੇਟ ਗਵਰਨਮੈਂਟ ਓਵਰ ਦਾ ਇਸ਼ੂਜ਼ ਆਫ ਦੇਅਰ ਲਾਈਵਲੀਹੁੱਡ ਦੇ ਵਰ ਸੇਇੰਗ ਕਿ ਜੇਕਰ ਬਾਹਰਲੀ ਮਲਟੀਨੈਸ਼ਨਲ ਕੰਪਨੀਜ਼ ਜਾਂ ਫਿਰ ਬਾਹਰਲੀ ਕੰਪਨੀਜ਼ ਆ ਕਰ ਫਿਸ਼ ਹਾਰਵੈਸਟ ਕਰਨਗੀਆਂ ਤਾਂ ਉਹਨਾਂ ਦੇ ਲਾਈਵਲੀਹੁੱਡ ਨੂੰ ਬਹੁਤ ਜ਼ਿਆਦਾ ਵੱਡਾ ਖਤਰਾ ਹੈ ਕਿਉਂਕਿ ਫਿਸ਼ਰੀਜ਼ ਇੱਕ ਸਟੇਟ ਸਬਜੈਕਟ ਸੀ ਅਤੇ ਨਾਲ ਦੇ ਨਾਲ ਫਿਸ਼ ਵਰਕਰਸ ਨੂੰ ਦੇ ਵਰ ਮੋਬਲਾਈਜ਼ਡ ਐਟ ਦਾ ਰੀਜਨਲ ਲੈਵਲ ਸਿਰਫ ਰੀਜਨਲ ਲੈਵਲ ਤੱਕ ਹੀ ਉਹ ਆਪਣੀ ਮੰਗ ਨੂੰ ਪਹੁੰਚਾ ਸਕਦੇ ਸੀ ਬਟ ਐਜ਼ ਇਨ 1990s The economic liberalization came. Mid-80s ਦੇ ਵਿੱਚ ਜਦੋਂ economic liberalization ਆਈ then these organizations they were compelled to come together on the national platform. National platform ਦੇ ਵਿੱਚ ਆ ਕਰ ਉਹਨਾਂ ਨੇ National Fish Workers Forum ਬਣਾਇਆ NFF ਬਣਾਇਆ ਜਿਹੜੇ ਕਿ ਕੇਰਲਾ ਦੇ ਫਿਸ਼ ਵਰਕਰ ਸੀ ਉਹਨਾਂ ਨੇ ਇਹ ਰਿਸਪੋਂਸੀਬਿਲਿਟੀ ਲਈ ਕਿ ਉਹ ਨਾਲ ਦੇ ਵਰਕਰਸ ਨੂੰ ਜਿਵੇਂ ਕਿ ਵੂਮੈਨ ਵਰਕਰਸ ਵੀ ਹੈ ਬਾਕੀ ਸਾਰੇ ਨੂੰ ਮੋਬਲਾਈਜ਼ ਕਰਨਗੇ ਇਕੱਠੇ ਕਰਨਗੇ ਐਂਡ ਇਨ 1991 ਦਾ ਨੈਸ਼ਨਲ ਫਿਸ਼ ਵਰਕਰਸ ਫੋਰਮ ਇਟ ਸਟਾਰਟਡ ਇਟ ਫੋਟਡ ਇਟਸ ਫਸਟ ਲੀਗਲ ਬੈਟਲ ਵਿਦ ਦਾ ਯੂਨੀਅਨ ਗਵਰਨਮੈਂਟ ਸਕਸੈਸਫੁਲੀ ਇਸ ਲੀਗਲ ਬੈਟਲ ਦੇ ਅੰਡਰ ਗਵਰਨਮੈਂਟ ਦੀ ਜਿਹੜੀ ਸੀ ਡੀਪ ਸੀ ਫਿਸ਼ਿੰਗ ਪੋਲਿਸੀ ਸੀ ਉਹਦੇ ਵਿੱਚ ਜਿਹਦੇ ਵਿੱਚ ਇੰਡੀਆ ਦੇ ਵਾਟਰ ਨੂੰ ਕਮਰਸ਼ੀਅਲ ਵੈਸਲਸ ਦੇ ਲਈ ਮਲਟੀਨੈਸ਼ਨਲ ਫਿਸ਼ਿੰਗ ਕੰਪਨੀਜ਼ ਦੇ ਲਈ ਖੋਲ੍ਹ ਦਿੱਤਾ ਗਿਆ ਉਹਦੀ ਓਪੋਜੀਸ਼ਨ NFF ਨੇ ਕੀਤੀ 90s ਤੱਕ ਆਉਂਦਿਆਂ ਆਉਂਦਿਆਂ ਬਹੁਤ ਜ਼ਿਆਦਾ ਲੀਗਲ ਅਤੇ ਪਬਲਿਕ ਬੈਟਲਸ ਵੀ ਗਵਰਨਮੈਂਟ ਦੇ ਨਾਲ NFF ਲੜਦੀ ਰਹੀ ਸੋ ਇਹਦਾ ਮੇਨ ਕਾਰਨ ਸੀ ਬਿਕੋਜ਼ ਦੇ ਵਾਂਟਡ ਟੂ ਪ੍ਰੋਟੈਕਟ ਦਾ ਇੰਟਰਸਟ ਆਫ ਦੋਜ਼ ਹੂ ਆਰ ਡਿਪੈਂਡੈਂਟ ਔਨ ਦਾ ਫਿਸ਼ਿੰਗ ਫੋਰ ਦੇਅਰ ਸਬਸਿਸਟੈਂਸ ਐਂਡ ਇਨ ਜੁਲਾਈ 2002 NFF ਨੇ ਇੱਕ ਨੇਸ਼ਨ ਵਾਈਡ ਸਟ੍ਰਾਈਕ ਵੀ ਕਾਲ ਅਪ ਕੀਤੀ ਇਹ ਨੇਸ਼ਨ ਵਾਈਡ ਸਟ੍ਰਾਈਕ ਇਸ ਲਈ ਬੁਲਾਈ ਗਈ ਕਿਉਂਕਿ ਗਵਰਨਮੈਂਟ ਨੇ ਫੋਰਨ ਟਰੋਲਰਸ ਨੂੰ ਫੋਰਨ ਕੰਪਨੀਜ਼ ਨੂੰ ਫਿਸ਼ ਹਾਰਵੈਸਟ ਦੀ ਪਰਮਿਸ਼ਨ ਦਿੱਤੀ ਗਈ ਤਾਂ ਕਿ ਉਹਨਾਂ ਨੂੰ ਲਾਈਸੈਂਸਿਸ ਇਸ਼ੂ ਕਰ ਦਿੱਤੇ ਜਾਣ ਐਂਡ ਟੂ ਇਸ਼ੂ ਦੀਜ਼ ਲਾਈਸੈਂਸਿਸ NFF ਕਾਲਡ ਫੋਰ ਅ ਨੇਸ਼ਨ ਵਾਈਡ ਸਟ੍ਰਾਈਕ ਟੂ ਅਪੋਜ਼ ਦਾ ਮੂਵ ਇਸ ਤੋਂ ਬਾਅਦ NFF ਨੇ ਅਲੱਗ ਅਲੱਗ ਔਰਗਨਾਈਜੇਸ਼ਨ ਜਿਹੜੀ ਕਿ ਵਰਲਡ ਦੇ ਅਲੱਗ ਅਲੱਗ ਔਰਗਨਾਈਜੇਸ਼ਨ ਸੀ ਉਹਨਾਂ ਦੇ ਨਾਲ ਹੱਥ ਮਿਲਾਏ ਤਾਂ ਕਿ ਇਕੋਲੋਜੀਕਲ ਬੈਲੈਂਸ ਨੂੰ ਪ੍ਰੋਟੈਕਟ ਕੀਤਾ ਜਾ ਸਕੇ ਅਤੇ ਫਿਸ਼ ਵਰਕਰਸ ਦੀ ਲਾਈਫ ਨੂੰ ਉਹਨਾਂ ਦੀ ਲਾਈਵਲੀਹੁੱਡ ਨੂੰ ਵੀ ਪ੍ਰੋਟੈਕਟ ਕੀਤਾ ਜਾ ਸਕੇ ਦਿਸ ਇਜ਼ ਆਲਵੇਜ਼ ਨੈਸ਼ਨਲ ਫਿਸ਼ ਵਰਕਰਸ ਫੋਰਮ ਆਰ ਨੈਕਸਟ ਟੋਪਿਕ ਇਜ਼ Anti-Arak Movement. Anti-Arak Movement ਇੱਕ ਅਜਿਹੀ ਮੂਵਮੈਂਟ ਸੀ ਜਿਹੜੇ ਕਿ ਸੇਲ ਆਫ ਐਲਕੋਹਲ ਨੂੰ ਟੋਟਲੀ ਬੈਨ ਕਰਨ ਦੀ ਡਿਮਾਂਡ ਕਰ ਰਹੀ ਸੀ BKU ਜਦੋਂ ਫਾਰਮਰਸ ਨੂੰ ਨਾਰਦਰਨ ਇੰਡੀਆ ਵਿੱਚ ਮੋਬਲਾਈਜ਼ ਕਰ ਰਹੀ ਸੀ ਉਸ ਸਮੇਂ ਸਦਰਨ ਸਟੇਟਸ ਆਫ ਆਂਧਰਾ ਪ੍ਰਦੇਸ਼ ਵਿੱਚ ਇਹ ਉਹਨਾਂ ਰੂਰਲ ਏਰੀਆਸ ਵਿੱਚ ਮੂਵਮੈਂਟ ਚਲਾਈ ਗਈ ਇੱਕ ਸਪੋਂਟੇਨੀਅਸ mobilization of women see that were demanding a ban on the sale of alcohol in their neighborhoods the woman here one story has been given that woman of village
Gundlur in Kalikari Mandal of Chittoor district, they assembled and they resolved to put an end to the sale of arak in the women in the village. Village de vich jadon arak di supply de layi contractors ne jeep bheji te fir women section ne onu turn back kita us jeep nu and us jeep nu jehde ki arak patek packets village de vich leke aayi si onu wapas bhej ditta. Jadon village vendor ne village under arak vendor ne ए इनफॉर्मेशन जाके कंट्रैक्टर नूं दित्ती ते फिर कंट्रैक्टर ने गैंग्स भेजे अपने गैंग गुंडास भेजे ताकि सेल हो सके एरक दी. एरक मीन्स लिक्वर एल्कोहल. कंट्रैक्टर ने इस काम दे लई पुलिस नूं भी बुलाया लेकिन पुलिस नूं भी मूंह की दिखानी पई. एक वीक तो बाद वूमेन जिन्हें कि सेल ऑफ एरक का बिल्कुल जो खुले तौर पर प्रदर्शन किया सी विरोध किया सी दैट वाज इंसल्टेड एंड दे वर मेड अ फिजिकल अटैक ऑन दैट पर्टिकुलर वुमेन बाय द कंट्रैक्टर्स गुंडास विद आयरन रॉड्स एंड अदर वेपन्स. लेकिन जदों वुमेन ने इस गल का विरोध किया तो फिर वो जिहड़े किराए दे माफिया सी उन दे हैव टू टुक टू देयर हील्स दे हैव टू रन बैक and the woman later destroyed 3 jeeps full of arak. Ajahiya stories, they were quite common. They were appeared in the Telugu press almost daily during the 2 months of September and October 1992. Moreover, the name of the village would change in each case, but the story was same. And remote women in remote villages from the state of Andhra Pradesh, they fought a battle against alcoholism because this alcohol was responsible for the physical and mental downfall of their families. This was against alcoholism, against mafias, and against the government during this period. And this agitation was known as anti-arak movement in the state. Now, the origin of this anti-arak movement, from which state it originated? In the village in the interior of Dubagunta in Nellore district of Andhra Pradesh, women were enrolled in adult literacy program on a large scale. Large scale which adult literacy program which women section ne paag liya in 1990s. It was discussion hoya class de vich and the women complained of increased consumption of a locally brewed alcohol arak by women by men section in their families. उन्होंने ये कंप्लेन की थी कि साड़ी फैमिलीज़ दे विच जेडे मेन सेक्शन हैं वो एल्कोहल की कंजप्शन बढ़ा रहे हैं एंड दिस एल्कोहल इज लोकली ब्रूड एंड ये जेडी एल्कोहल की हैबिट है ये फैमिली दे विच डीप रूट कर गई है. इस तरह फैमिली दी रियून हो रहा है, नुकसान हो रहा है फिजिकल ते मेंटल हेल्थ का. इट अफेक्टेड द रूरल इकोनमी ऑफ द रीजन अ ग्रेट डील. इनडेपनेस ग्रियो जी फैमिलीज है उन्होंने उत्ते लोन जोड़ा है कर्ज जोड़ा है वह बढ़िया जा रहा है. इट अफेक्टेड द फिजिकल एंड मेंटल हेल्थ ऑफ द फैमिली. इट हैज़ अफेक्टेड द रूरल इकोनमी अ ग्रेट डील. काफ़ी ज़्यादा लोन्स वगैरह फैमिलीज से चढ़ गया है क्योंकि एल्कोहल कंजप्शन मेन सेक्शन ज़्यादा कर रहा है. दे आर रिमेनिंग एबसेंट फ्रॉम देयर जॉब्स एंड मोर ओवर जेडे कंट्रैक्टर्स ने एल्कोहल दे आर बिजी इन देयर क्राइम सो दैट दे कैन गैट द मोनोपोली ओवर द ट्रेड ऑफ एल्कोहल. वुमेन सैक्शन सब तो वर्स्ट सफर सी इज एल्कोहल कंजप्शन दे विच बिकॉज दे हैव टू बियर द वॉयलेंस ऑफ द मेल फैमिली मैंबरस पर्टिकुलरली देयर हसबेंड. सो नेल्लोर द वुमेन ने की किया वो इकट्ठिया हुई लोकल इनिशिएटिव्स के नाल उन्होंने एक दूसरे के नाल हर छालाशेरी दी वो प्रोटेस्ट करन दे लई एरक दे अगेंस्ट खड़िया हुई एंड दे वर फोर्सिंग द क्लोजर ऑफ द वाइन शॉप्स की क्लोजिंग का उन्होंने डिमांड की थी. ये न्यूज़ हौली हौली आंध्र प्रदेश के सारे विलेजेस दे विच फैल गई एंड अबाउट वुमेन सैक्शन फ्रॉम 5,000 फैमिलीज
5,000 villages. They got inspired. They met together in the meetings. They passed the resolutions for the prohibition, and they were sent them imposing. And they were sent to the district collector officer. District collector officer के सामने भी उन्होंने अपनी मांग जेड़ी है रखी. So anti-Arak movement जेड़ियाँ दे करके women section दे protest दे करके 17 times जेड़ी district Nellore district ਦੇ ਵਿੱਚ ਜਿਹੜੀ ਆਕਸ਼ਨਸ ਹੋ ਰਹੀਆਂ ਸੀ ਅਰਕ ਦੀਆਂ ਦੇ ਹੈਵ ਟੂ ਬੀ ਪੋਸਟਪੋਨ ਆਕਸ਼ਨ ਯੂ ਨੋ ਜਦੋਂ ਬੋਲੀ ਦਿੱਤੀ ਜਾਂਦੀ ਹੈ ਠੇਕਿਆਂ ਦੀ ਬੋਲੀ ਹੁੰਦੀ ਹੈ ਦੈਟ ਇਜ਼ ਨੋਨ ਐਜ਼ ਯੋਰ ਆਕਸ਼ਨ ਐਂਡ ਮੋਰ ਓਵਰ ਦਿਸ ਮੂਵਮੈਂਟ ਇਨ ਦਾ ਨੈਲੋਰ ਡਿਸਟ੍ਰਿਕਟ ਇਜ਼ ਸਟਾਰਟਡ ਸਪਰੈਡਿੰਗ ਆਲ ਓਵਰ ਦਾ ਸਟੇਟ ਦਾ ਨੈਕਸਟ ਟੋਪਿਕ ਇਜ਼ ਵਟ ਵਰ ਦਾ ਲਿੰਕੇਜਿਸ ਆਫ ਐਂਟੀ ਅਰਕ ਮੂਵਮੈਂਟ ਦਾ ਸਲੋਗਨ ਵਿਚ ਵਾਜ ਗਿਵਨ ਬਾਈ ਐਂਟੀ ਅਰਕ ਮੂਵਮੈਂਟ ਵਾਜ prohibition on the sale of arak. They simply demanded social, economic and political issues of the region that affected the women's life. Crime or politics da ek gura saman si jide against women section khadi hoyi ha. As state government nu bahut zyada bada bada hissa revenues to milda si jide ki o arak di sale to acquire karde si. That is why the state government do not want to impose a ban on the sale of arak. Women section ne unade kai groups ne lokan nu address kita ki jehde ki arak hai oh domestic violence da karan hai, and this issue was discussed openly in the social platform. Is movement ne first time ek ajeha platform ditta jide vich private issues of domestic violence was discussed. So anti-Arak movement became the part of the women movement also. Earlier this movement of women women section, they were working on the issues of domestic violence, custom of dowry, sexual abuse at work and public places. These were mainly active in the urban middle class women section in different parts of the country. Lekin holi holi eh jehdi movement hai eh hor alag alag issues te vi base hon lag payi, jive ki gender inequalities hai. 80s tak aande aande women movement jehdi hai sexual violence against women within the family and outside eh vi demand rakhi gayi ki kise tarah da violence sexual violence women section de naal na ho paye. So these were the demands. Lekin holi holi women section de eh questions jede ki gradually family de vich ya fir arak di consumption de against si, they were forced from social forced towards the legal reforms in the society. As a result women ne equal representation women section di politics de vich vi demand ki thi. With the help of 73rd and 74th amendment, local level politics de vich local level political offices de vich women section nu reservation ditti gayi, and lekin is to baad women section chup karke nahi baithi. Unhone demand state de central legislatures de vich vi a demand kiti ki sanu representation ditti jave. Ek constitution amendment bill vi is concern de vich pass hoya, but it had not got enough support in the parliament yet. Lekin is bill de opposition de vich ek gal khadi hui, kyunki women groups jehde si they wanted to have a separate quota for Dalit and OBC women section within the proposed women's quota in the higher political offices. ਜਿਹੜੇ ਹਾਇਰ ਪੋਲੀਟੀਕਲ ਆਫਿਸਿਸ ਦੇ ਵਿੱਚ ਸੀ ਉਹਦੇ ਵਿੱਚ ਵੂਮਨ ਸੈਕਸ਼ਨ ਦੀ ਰਿਜ਼ਰਵੇਸ਼ਨ ਤੇ ਸੀ, ਤੇ ਨਾਲ ਦੇ ਨਾਲ ਦਲਿਤ ਤੇ ਓ ਬੀ ਸੀ ਵੂਮਨ ਸੈਕਸ਼ਨ ਨੇ ਵੀ ਇਹ ਡਿਮਾਂਡ ਸਟਾਰਟ ਕਰ ਦਿੱਤੀ ਕਿ ਸਾਨੂੰ ਇਹਦੇ ਵਿੱਚ ਕੋਟਾ ਦਿੱਤਾ ਜਾਵੇ, ਸਾਡੀ ਰਿਜ਼ਰਵੇਸ਼ਨ ਦਿੱਤੀ ਜਾਵੇ ਦਲਿਤ ਤੇ ਓ ਬੀ ਸੀ ਨੂੰ ਵੀ. ਦਿਸ ਇਜ਼ ਆਲ ਵਿਦ ਟੂਡੇਜ਼ ਪੁਆਇੰਟ. ਟੂਡੇ ਵੀ ਹੈਵ ਡਨ ਡਿਸਕਸ ਨੈਸ਼ਨਲ ਫਿਸ਼ ਵਰਕਰਸ ਫੋਰਮ ਐਂਡ ਐਂਟੀ ਅਰਕ ਮੂਵਮੈਂਟ ਇਨ ਦਾ ਸਾਊਥ. This is all. If you have any doubt regarding this topic, you can ask me. As earlier I have told you that this chapter will have
8 marks in the paper, 6 marks ka question pakka hai. So start preparing in such a manner. Thank you. Have a nice day. Have a safe stay at your houses.